ਜਿੱਦਾਂ ਹੋਈ ਇਹਦਾ ਮਾਮਾ ਆਇਆ ਹੋਇਆ ਸੀਗਾ ਸਾਡੇ ਸੀ ਪਾਰਟੀ ਪਰਸ ਚੌਥ ਕੁੜੀ ਨੇ ਤੋਂ ਮਾਮੇ ਨੇ ਤਾਂ ਫੋਨ ਲੈ ਕੇ ਚੈਟ ਕੀਤਾ ਮੁੰਡੇ ਨੂੰ ਉਹਦੇ ਵਿੱਚ ਮੁੰਡੇ ਦੀ ਜਿੱਦਾਂ ਬਹੁਤ ਰਿਕਾਰਡਿੰਗ ਆਈ ਹੋਈ ਸੀਗੀ ਵਾਹਵਾ ਵਿੱਚ ਉਹਦੇ ਠੀਕ ਆ ਜੀ ਤੇ ਜਦੋਂ ਕੁੜੀ ਗੁਦਰੋਂ ਆਈ ਹੈ ਨਾ ਮੰਮੀ ਤੇ ਇਹ ਦੋਨੇ ਜਣੀਆਂ ਮੈਂ ਕੁੜੀ ਨੂੰ ਝਟਕਿਆ ਵੀ ਪਤਾ ਇਹ ਕੰਮ ਨੀ ਕਰੀਦੇ ਜੇ ਵਿਆਹ ਵੂ ਕਰਾਉਣਾ ਤਾਂ ਸਾਨੂੰ ਉੱਦਾਂ ਦੱਸ ਦੇ ਚਲੋ ਕੁੜੀ ਅੰਦਰ ਚਲ ਗਈ ਬਾਅਦ ਚ ਮੈਂ ਪੁਲਿਸ ਸੱਦੀ ਆ ਨਗੋਦਰੋਂ ਪੁਲਿਸ ਆਈ ਆ ਪੁਲਿਸ ਨੇ ਮੁੜ ਕੇ ਬਿਆਨ ਬੂਨ ਲੈ ਆ ਕਦੋਂ ਦੀ ਗੱਲ ਆ ਇਹ ਪਾਸੋਂ ਦੀ ਗੱਲ ਆ ਭਾਜੀ ਠੀਕ ਆ ਜੀ ਤੇ ਬਿਆਨ ਬੂਨ ਲੈ ਆ ਕੁੜੀ ਉਹਦੇ ਕੁੜੀ ਨੇ ਵੀ ਇਹ ਦੱਸੀ ਵੀ ਮੁੰਡਾ ਮੈਨੂੰ ਪਰੇਸ਼ਾਨ ਕਰਦਾ ਆ ਜਾਂ ਮੈਨੂੰ ਜੇਲ੍ਹ ਭੇਜ ਦਿਓ ਜਾਂ ਮੈਨੂੰ ਮਾਰ ਦਿਓ ਕੁੜੀ ਨੇ ਗੱਲ ਕਹਿਤੀ ਫਿਰ ਮੈਂ ਫੋਨ ਲੈ ਕੇ ਉਸੇ ਟਾਈਮ ਵੀ ਮੁੰਡੇ ਦੀਆਂ ਰਿਕਾਰਡਿੰਗਾਂ ਲੈ ਕੇ ਉਹਨਾਂ ਦੇ ਘਰੇ ਗਿਆ ਮੁੰਡੇ ਵਾਲਿਆਂ ਦੇ ਉਹਦੀ ਮਾਤਾ ਨੂੰ ਜਾ ਕੇ ਕਿਹਾ ਆ ਤੇ ਮਾਤਾ ਉਹਦੀ ਕਹਿੰਦੀ ਵੀ ਕੋਈ ਨੀ ਕਰਦੇ ਗੱਲ ਤੇ ਦੋ ਤਿੰਨਾਂ ਘੰਟੇ ਬਾਅਦ ਉਹਦੀ ਮਾਤਾ ਸਾਡੇ ਘਰੇ ਬੁੜੀਆਂ ਲੈ ਕੇ ਆ ਗਈ ਚਾਰ ਪੰਜ ਤੇ ਕਹਿੰਦੀ ਸਾਡੀ ਮਿਹਨਤ ਆ ਵੀ ਤੁਸੀਂ ਐਤੀ ਵਾਰੀ ਮੁੰਡੇ ਨੂੰ ਨਾ ਕੁਛ ਕਿਹੋ ਵੀ ਮੁੰਡਾ ਗਾਂਹ ਤੋਂ ਨਾ ਤੁਹਾਡੇ ਦਰਾਂ ਮੂਹਰੇ ਖੜੂਗਾ ਨਾ ਤੁਹਾਨੂੰ ਫੋਨ ਤੇ ਫੋਨ ਕਰੂਗਾ ਬਸ ਆਹੀ ਗੱਲ ਹੋਈ ਆ ਰਾਤੀ ਕੁੜੀ ਨੇ ਚੌਲ ਰੋਟੀ ਵੀ ਨੀ ਖਾਧੀ ਪੈ ਗਈ ਆ ਸਵੇਰ ਨੂੰ ਅਸੀਂ ਠਾਲਦੇ ਚੱਲ ਚੱਲੀਏ ਗਈ ਨੀ ਕਹਿੰਦੀ ਮੈਂ ਕੱਪੜੇ ਧੋਣੇ ਆ ਮਸ਼ੀਨ ਮੈਂ ਤਾਂ ਇੱਥੇ ਸ਼ਾਹਕੋਟ ਪਲੰਬਰ ਦਾ ਕੰਮ ਤੇ ਵਾਈਫ ਮੇਰੀ ਉਹ ਕੋਰਟ ਚ ਲੱਗੀ ਆ ਕਚਹਿਰੀਆਂ ਨਗੋਦਰ ਠੀਕ ਆ ਤੇ ਉਦੋਂ ਬਾਅਦ ਚ ਤੇ ਕੁੜੀ ਨੇ ਦੇਖਿਆ ਤੇ ਪਾ ਲਿਆ ਹੋਇਆ ਕੋਈ ਨੀ ਸੀਗਾ ਘਰੇ ਘਰੇ ਬਾਅਦ ਚ ਮੇਰੇ ਸਾਂਡੂ ਦੀ ਦੁਕਾਨ ਆ ਮੂਹਰੇ ਸਾਡੇ ਉਹ ਆਇਆ ਡੂੰਘੇ ਡੂੰਘੇ ਰੱਖਣ ਉਹ ਅੰਦਰ ਨੂੰ ਚਲ ਗਿਆ ਅੰਦਰ ਜਾ ਕੇ ਦੇਖਿਆ ਕੁੜੀ ਲਮਕੀ ਪਈ ਸੀ ਠੀਕ ਆ ਜੀ ਤੇ ਹੁਣ ਤੁਹਾਡੀ ਕੀ ਮੰਗ ਮੰਗ ਸਾਡੀ ਕੋਈ ਨੀ ਮੰਗ ਇਹੀ ਆ ਸਾਨੂੰ ਆਪ ਚਾਹੀਦਾ ਮੁੰਡੇ ਨੂੰ ਪਤਾ ਕਰੋ ਮੁੰਡੇ ਨੂੰ ਦੱਸੋ ਠੀਕ ਆ ਹਾਂਜੀ ਮੁੰਡੇ ਦਾ ਬਿਆਨ ਦੇ ਕੇ ਗਈ ਆ ਹਾਂ ਇੱਕ ਕਾਲ ਆਈ ਸੀ ਕਿ ਇੱਕ ਲੜਕੀ ਨੇ ਖੁਦਕੁਸ਼ੀ ਕਰ ਲਈ ਨਾਮ ਲੜਕੀ ਦਾ ਨਾਮ ਹੈ ਮਾਨਸੀ ਉਮਰ ਕਰੀਬ 15 ਸਾਲ ਔਰ ਡਾਟਰ ਆਫ ਅਮਰਜੀਤ ਸਿੰਘ ਵਾਸੀ ਬਿੱਲੀ ਚਾਵਣੀ ਤੋਂ ਆਇਆ ਜਿਸ ਦੇ ਮੈਂ ਮੌਕੇ 'ਤੇ ਹੀ ਪੁੱਜਾ ਉੱਥੇ ਮੇਰੇ ਜਾਣ ਤੋਂ ਪਹਿਲੇ ਉਹਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਉਹਦੀ ਡੈੱਡ ਬੋਡੀ ਉਤਾਰ ਲਈ ਸੀ ਮੈਂ ਜਾ ਕੇ ਦੇਖਿਆ ਕੁਛ ਚੀਜ਼ਾਂ ਮੈਨੂੰ ਉੱਥੇ ਲੱਗੀਆਂ ਕਿ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਡੈੱਡ ਬੋਡੀ ਨਹੀਂ ਉਤਾਰਨੀ ਚਾਹੀਦੀ ਪਰ ਚਲੋ ਫਿਰ ਵੀ ਮੌਕੇ ਤੇ ਲੜਕੀ ਦੀ ਮੌਤ ਹੋ ਚੁੱਕੀ ਸੀ ਤੇ ਪਰਿਵਾਰ ਬੜਾ ਸਦਮੇ ਸਾਰਾ ਮੌਕੇ ਤੇ ਕੁੜੀ ਨੂੰ ਆਪਾਂ ਹੋਸਪਿਟਲਾਈਜ਼ ਕਰਕੇ ਉਹਦੀ 174 ਦੀ ਕਾਰਵਾਈ ਪੋਸਟਮਾਰਟਮ ਦੀ ਕਾਰਵਾਈ ਅਮਲ 'ਚ ਲਿਆ ਰਹੇ ਹਾਂ ਜੋ ਵੀ ਸਾਹਮਣੇ ਫੈਕਟ ਆਏਗਾ ਅਕੋਰਡਿੰਗਲੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਤੇ ਤੱਥਾਂ ਨੂੰ ਸਾਹਮਣੇ ਲਿਆਂਦਾ ਜਾਏਗਾ ਹੋਈ ਇਹਦਾ ਮਾਮਾ ਆਇਆ ਹੋਇਆ ਸੀਗਾ ਸਾਡੇ ਸੀ ਪਾਰਟੀ ਪਰਸ ਚੌਥ ਕੁੜੀ ਨੇ ਤੋਂ ਮਾਮੇ ਨੇ ਤਾਂ ਫੋਨ ਲੈ ਕੇ ਚੈਟ ਕੀਤਾ ਮੁੰਡੇ ਨੂੰ ਉਹਦੇ ਵਿੱਚ ਮੁੰਡੇ ਦੀ ਜਿੱਦਾਂ ਬਹੁਤ ਰਿਕਾਰਡਿੰਗ ਆਈ ਹੋਈ ਸੀਗੀ ਵਾਹਵਾ ਵਿੱਚ ਉਹਦੇ ਠੀਕ ਆ ਜੀ ਤੇ ਜਦੋਂ ਕੁੜੀ ਗੁਦਰੋਂ ਆਈ ਹੈ ਨਾ ਮੰਮੀ ਤੇ ਇਹ ਦੋਨੇ ਜਣੀਆਂ ਮੈਂ ਕੁੜੀ ਨੂੰ ਝਟਕਿਆ ਵੀ ਪਤਾ ਇਹ ਕੰਮ ਨੀ ਕਰੀਦੇ ਜੇ ਵਿਆਹ ਵੂ ਕਰਾਉਣਾ ਤਾਂ ਸਾਨੂੰ ਉੱਦਾਂ ਦੱਸ ਦੇ ਠੀਕ ਆ ਜੀ ਚਲੋ ਕੁੜੀ ਅੰਦਰ ਚਲ ਗਈ ਬਾਅਦ ਚ ਮੈਂ ਪੁਲਿਸ ਸੱਦੀ ਆ ਨਗੋਦਰੋਂ ਪੁਲਿਸ ਆਈ ਆ ਪੁਲਿਸ ਨੇ ਮੁੜ ਕੇ ਬਿਆਨ ਬੂਨ ਲੈ ਆ ਕਦੋਂ ਦੀ ਗੱਲ ਆ ਇਹ ਪਾਸੋਂ ਦੀ ਗੱਲ ਆ ਭਾਜੀ ਠੀਕ ਆ ਜੀ ਤੇ ਬਿਆਨ ਬੂਨ ਲੈ ਆਇਆ ਕੁੜੀ ਉਹਦੇ ਕੁੜੀ ਨੇ ਵੀ ਇਹ ਦੱਸੀ ਵੀ ਮੁੰਡਾ ਮੈਨੂੰ ਪਰੇਸ਼ਾਨ ਕਰਦਾ ਆ ਜਾਂ ਮੈਨੂੰ ਜੇਲ੍ਹ ਭੇਜ ਦਿਓ ਜਾਂ ਮੈਨੂੰ ਮਾਰ ਦਿਓ ਕੁੜੀ ਨੇ ਗੱਲ ਕਹਿਤੀ ਫਿਰ ਮੈਂ ਫੋਨ ਲੈ ਕੇ ਉਸੇ ਟਾਈਮ ਵੀ ਮੁੰਡੇ ਦੀਆਂ ਰਿਕਾਰਡਿੰਗਾਂ ਲੈ ਕੇ ਉਹਨਾਂ ਦੇ ਘਰੇ ਗਿਆ ਮੁੰਡੇ ਵਾਲਿਆਂ ਦੇ ਉਹਦੀ ਮਾਤਾ ਨੂੰ ਜਾ ਕੇ ਕਿਹਾ ਆ ਤੇ ਮਾਤਾ ਉਹਦੀ ਕਹਿੰਦੀ ਵੀ ਕੋਈ ਨੀ ਕਰਦੇ ਗੱਲ ਤੇ ਦੋ ਤਿੰਨਾਂ ਘੰਟੇ ਬਾਅਦ ਉਹਦੀ ਮਾਤਾ ਸਾਡੇ ਘਰੇ ਬੁੜੀਆਂ ਲੈ ਕੇ ਆ ਗਈ ਚਾਰ ਪੰਜ ਤੇ ਕਹਿੰਦੀ ਸਾਡੀ ਮਿਹਨਤ ਆ ਵੀ ਤੁਸੀਂ ਐਤੀ ਵਾਰੀ ਮੁੰਡੇ ਨੂੰ ਨਾ ਕੁਛ ਕਿਹੋ ਵੀ ਮੁੰਡਾ ਗਾਂਹ ਤੋਂ ਨਾ ਤੁਹਾਡੇ ਦਰਾਂ ਮੂਹਰੇ ਖੜੂਗਾ ਨਾ ਤੁਹਾਨੂੰ ਫੋਨ ਤੇ ਫੋਨ ਕਰੂਗਾ ਬਸ ਆਹੀ ਗੱਲ ਹੋਈ ਆ ਰਾਤੀ ਕੁੜੀ ਨੇ ਚੌਲ ਰੋਟੀ ਵੀ ਨੀ ਖਾਧੀ ਪੈ ਗਈ ਆ ਸਵੇਰ ਨੂੰ ਅਸੀਂ ਠਾਲਦੇ ਵੀ ਚੱਲ ਚੱਲੀਏ ਗਈ ਨੀ ਕਹਿੰਦੀ ਮੈਂ ਕੱਪੜੇ ਧੋਣੇ ਆ ਮਸ਼ੀਨ ਮੈਂ ਤਾਂ ਇੱਥੇ ਸ਼ਾਹਕੋਟ ਪਲੰਬਰ ਦਾ ਕੰਮ ਤੇ ਵਾਈਫ ਮੇਰੀ ਉਹ ਕੋਰਟ 'ਚ ਲੱਗੀ ਆ ਕਚਹਿਰੀਆਂ ਨਗੋਦਰ ਠੀਕ ਆ ਤੇ ਉਦੋਂ ਬਾਅਦ 'ਚ ਤੇ ਕੁੜੀ ਨੇ ਦੇਖਿਆ ਤੇ ਪਾ ਲਿਆ ਹੋਇਆ ਘਰੇ ਕੋਈ ਨੀ ਸੀਗਾ ਘਰੇ ਘਰੇ ਬਾਅਦ 'ਚ ਮੇਰੇ ਸਾਂਡੂ ਦੀ ਦੁਕਾਨ ਆ ਮੂਹਰੇ ਸਾਡੇ ਉਹ ਆਇਆ ਡੂੰਘੇ ਡੂੰਘੇ ਰੱਖਣ ਉਹ ਅੰਦਰ ਨੂੰ ਚਲ ਗਿਆ ਅੰਦਰ ਜਾ ਕੇ ਦੇਖਿਆ ਕੁੜੀ ਲਮਕੀ ਪਈ ਸੀ ਠੀਕ ਆ ਜੀ ਤੇ ਹੁਣ ਤੁਹਾਡੀ ਕੀ ਮੰਗ ਮੰਗ ਸਾਡੀ ਕੋਈ ਨੀ ਮੰਗ ਇਹੀ ਆ ਸਾਨੂੰ ਆਪ ਚਾਹੀਦਾ ਮੁੰਡੇ ਨੂੰ ਪਤਾ ਕਰੋ ਮੁੰਡੇ ਨੂੰ ਦੱਸੋ ਠੀਕ ਆ ਹਾਂਜੀ ਮੁੰਡੇ ਦਾ ਬਿਆਨ ਦੇ ਕੇ ਗਈ ਆ ਹਾਂ ਇੱਕ
ਕਾਲ ਆਈ ਸੀ ਕਿ ਇੱਕ ਲੜਕੀ ਨੇ ਖੁਦਕੁਸ਼ੀ ਕਰ ਲਈ। ਨਾਮ ਲੜਕੀ ਦਾ ਨਾਮ ਹੈ ਮਾਨਸੀ, ਉਮਰ ਕਰੀਬ 15 ਸਾਲ, ਔਰ ਡਾਟਰ ਆਫ ਅਮਰਜੀਤ ਸਿੰਘ, ਵਾਸੀ ਬਿੱਲੀ ਚਾਵਣੀ ਤੋਂ ਆਇਆ। ਜਿਸ ਦਿਨ ਮੈਂ ਮੌਕੇ ਤੇ ਹੀ ਪੁੱਜਾ ਉੱਥੇ, ਮੇਰੇ ਜਾਣ ਤੋਂ ਪਹਿਲੇ ਉਹਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਉਹਦੀ ਡੈੱਡ ਬਾਡੀ ਉਤਾਰ ਲਈ ਸੀ। ਮੈਂ ਜਾ ਕੇ ਦੇਖਿਆ, ਕੁਛ ਚੀਜ਼ਾਂ ਮੈਨੂੰ ਉੱਥੇ ਲੱਗੀਆਂ ਕਿ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, ਇਹਨਾਂ ਨੂੰ ਡੈੱਡ ਬਾਡੀ ਨਹੀਂ ਉਤਾਰਨੀ ਚਾਹੀਦੀ। ਪਰ ਚਲੋ, ਫਿਰ ਵੀ ਮੌਕੇ ਤੇ ਲੜਕੀ ਦੀ ਮੌਤ ਹੋ ਚੁੱਕੀ ਸੀ ਅਤੇ ਪਰਿਵਾਰ ਬੜਾ ਸਦਮੇ ਸੀ ਸਾਰਾ। ਮੌਕੇ 'ਤੇ ਕੁੜੀ ਨੂੰ ਆਪਾਂ ਹੋਸਪਿਟਲਾਈਜ਼ ਕਰਕੇ ਉਹਦੀ 174 ਦੀ ਕਾਰਵਾਈ, ਪੋਸਟਮਾਰਟਮ ਦੀ ਕਾਰਵਾਈ ਅਮਲ 'ਚ ਲਿਆ ਰਹੇ ਹਾਂ। ਜੋ ਵੀ ਸਾਹਮਣੇ ਫੈਕਟ ਆਏਗਾ, ਅਕੋਰਡਿੰਗਲੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਅਤੇ ਤੱਥਾਂ ਨੂੰ ਸਾਹਮਣੇ ਲਿਆਉਂਦਾ ਜਾਏਗਾ।